ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਕੀ ਮੰਗੂ ਮੱਠ ਢਾਏ ਜਾਣ ਤੋਂ ਬਾਅਦ ਹੁਣ ਬੋਲੀ ਮੱਠ ਅਤੇ ਨਾਨਕ ਮੱਠ ਵੀ ਹੈ ਉੜੀਸਾ ਸਰਕਾਰ ਦੇ ਨਿਸ਼ਾਨੇ ਤੇ। ਉਸ ਪਲੈਨਿੰਗ ਦੇ ਵਿੱਚ ਬੋਲੀ ਮੱਠ ਵੀ ਇਹਨਾਂ ਨੇ ਢਾ ਦੇਣਾ। ਨਾਨਕ ਮੱਠ ਜਿਹਨੂੰ ਹੁਣ ਇਹਨਾਂ ਨੇ ਪੰਜਾਬੀ ਮੱਠ ਦਾ ਨਾਮ ਦੇ ਤਾ, ਉਹ ਜਗ੍ਹਾ ਦੇ ਵਿੱਚ ਇਹਨਾਂ ਨੇ ਪੁਲਿਸ ਨੀਮ ਫੌਜੀ ਦਸਤੇ ਬਿਠਾਏ ਹੋਏ ਆ। ਕੱਲ੍ਹ ਤੁਹਾਡੀ ਹਾਜ਼ਰੀ ਦੇ ਵਿੱਚ ਸਾਨੂੰ ਵੀ ਜਾਣ ਨਹੀਂ ਦਿੱਤਾ, ਅਸੀਂ ਰੋਸ ਪ੍ਰਗਟ ਕੀਤਾ ਵੀ ਸਾਨੂੰ ਕਿਉਂ ਰੋਕਦੇ ਆ। ਕਹਿੰਦੇ ਜੀ ਉਹ ਅਸੀਂ ਚੈੱਕ ਕਰਦੇ ਹਾਂ, ਉਹਨੂੰ ਢਾਇਆ ਨਾ ਜਾਵੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਕਿਸ ਤਰੀਕੇ ਨਾਲ ਉੜੀਸਾ ਵਿੱਚ ਜਗਨਨਾਥ ਪੁਰੀ ਦੇ ਨਜ਼ਦੀਕ ਮੰਗੂ ਮੱਠ ਢਹਿ ਢੇਰੀ ਕਰ ਦਿੱਤਾ ਗਿਆ। ਅਸ ਸਰਕਾਰ ਦੀਆਂ ਕੋਝੀਆਂ ਨੀਤੀਆਂ ਦੇ ਚੱਲਦੇ, ਨਵੀਨੀਕਰਨ ਦੇ ਚੱਲਦਿਆਂ ਜਾਣ ਬੁੱਝ ਕੇ ਇਸ ਮੱਠ ਨੂੰ ਮਲੀਆ ਮੇਟ ਕਰ ਦਿੱਤਾ ਗਿਆ। ਜਦਕਿ ਇਸ ਚੀਜ਼ ਦੇ ਪ੍ਰਤੱਖ ਪ੍ਰਵਾਨ ਮੌਜੂਦ ਨੇ ਕਿ ਉੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਤੇ ਹੁਣ ਵੀ ਜਦੋਂ ਇਸ ਮੱਠ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਤਾਂ ਉੱਥੋਂ ਜੋ ਨਿਸ਼ਾਨੀਆਂ ਸਾਹਮਣੇ ਆਈਆਂ, ਗੁਟਕਾ ਸਾਹਿਬ ਦੇ ਸਰੂਪ ਧੂੜ ਦੇ ਵਿੱਚ ਸਿੰਘਾਂ ਨੂੰ ਮਿਲੇ, ਨਿਸ਼ਾਨ ਸਾਹਿਬ ਦਾ ਉਤਲਾ ਖੰਡਾ ਮਿੱਟੀ ਦੇ ਵਿੱਚ ਪਿਆ ਹੋਇਆ ਨਜ਼ਰ ਆਇਆ ਤਾਂ ਹਰ ਕਿਸੇ ਨੂੰ ਯਕੀਨ ਹੋ ਗਿਆ ਕਿ ਜਾਣ ਬੁੱਝ ਕੇ ਸਰਕਾਰਾਂ ਨੇ ਘਟੀਆ ਚਾਲਾਂ ਚੱਲੀਆਂ ਨੇ ਤੇ ਆਪਣੀਆਂ ਘਟੀਆ ਨੀਤੀਆਂ ਦੇ ਚੱਲਦਿਆਂ ਸਿੱਖਾਂ ਦਾ ਇੱਕ ਹੋਰ ਇਤਿਹਾਸਿਕ ਸਥਾਨ ਢਹਿ ਢੇਰੀ ਕੀਤਾ ਹੈ। ਤੇ ਸਭ ਤੋਂ ਸ਼ਰਮਿੰਦਗੀ ਵਾਲੀ ਸ਼ਰਮਨਾਕ ਗੱਲ ਇਹ ਹੈ ਕਿ SGPC ਤੋਂ ਹਰਜਾਪ ਸਿੰਘ ਉੱਥੇ ਪਹੁੰਚੇ ਸਨ, ਜਿਨ੍ਹਾਂ ਨੇ ਸਾਫ ਇਨਕਾਰ ਕਰ ਦਿੱਤਾ ਸੀ ਕਿ ਸਾਡਾ ਮੰਗੂ ਮੱਠ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ, ਸਿੱਖ ਕੌਮ ਦਾ ਮੰਗੂ ਮੱਠ ਨਾਲ ਕੋਈ ਰਿਸ਼ਤਾ ਹੀ ਨਹੀਂ ਹੈ। ਇਹ ਉਹ SGPC ਹੈ ਜਿਸ ਨੂੰ ਅਸੀਂ ਸਿੱਖ ਕੌਮ ਦੀ ਸਰਮੋਰ ਜਥੇਬੰਦੀ ਆਖਦੇ ਹਾਂ, ਜਿਨ੍ਹਾਂ ਨੂੰ ਸ਼ਾਇਦ ਆਪ ਹੀ ਨਹੀਂ ਪਤਾ ਕਿ ਉਹ ਸਥਾਨ ਹੈ ਜਿੱਥੇ ਬਾਬੇ ਨਾਨਕ ਨੇ ਆਰਤੀ ਦਾ ਉਚਾਰਨ ਕੀਤਾ ਸੀ, ਜਿੱਥੇ ਬਾਬੇ ਨਾਨਕ ਦੇ ਚਰਨ ਪਏ ਹੋਏ ਨੇ, ਜਿੱਥੇ ਬਾਬੇ ਨਾਨਕ ਨੇ ਖਾਰੇ ਪਾਣੀ ਨੂੰ ਮਿੱਠਾ ਕੀਤਾ ਸੀ। ਪਰ ਇਹ ਸਰਮੋਰ ਸਾਡੀਆਂ ਜਥੇਬੰਦੀਆਂ, ਸਾਡੇ ਅਕਾਲ ਤਖ਼ਤ ਕਿਤੇ ਨਾ ਕਿਤੇ ਅੱਜ ਇੰਨੇ ਕੀ ਸਿਆਸਤ ਦੇ ਅਧੀਨ ਆ ਚੁੱਕੇ ਨੇ ਕਿ ਇਹਨਾਂ ਨੂੰ ਆਪਣੇ ਇਤਿਹਾਸਿਕ ਗੁਰਸਥਾਨਾਂ ਨੂੰ ਨਕਾਰਦਿਆਂ ਵੀ ਭੋਰਾ ਸ਼ਰਮ ਨਹੀਂ ਆਉਂਦੀ, ਭੋਰਾ ਡਰ ਨਹੀਂ ਲੱਗਦਾ ਕਿ ਇਹ ਉਸ ਵਾਹਿਗੁਰੂ ਉਸ ਪਰਮਾਤਮਾ ਨੂੰ ਅੰਤ ਤੱਕ ਕੀ ਜਵਾਬ ਦੇਣਗੇ। ਪਰ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਤੋਂ ਬੈਂਸ ਬ੍ਰਦਰਸ ਇਸ ਮਾਮਲੇ ਦੀ ਸਾਰ ਲੈਣ ਵਾਸਤੇ ਉੜੀਸਾ ਪਹੁੰਚੇ ਅਤੇ ਉਹਨਾਂ ਨੇ ਗਵਰਨਰ ਦੇ ਨਾਲ ਮੁਲਾਕਾਤ ਵੀ ਕੀਤੀ। ਇਸ ਦੇ ਵਿੱਚ ਆਖਿਰ ਕੀ ਰਿਹਾ ਖਾਸ, ਆਓ ਮਾਰਦੇ ਇੱਕ ਨਜ਼ਰ। ਗੁਰਦੁਆਰਾ ਜਿੱਥੇ ਅਸਥਾਨ ਢਾਇਆ ਗਿਆ ਮੰਗੂ ਮੱਠ, ਆਰਤੀ ਸਾਹਿਬ ਕਵਾਂਗੇ ਕਿਉਂਕਿ ਗੁਰੂ ਨਾਨਕ ਸਾਹਿਬ ਲੰਬਾ ਸਮਾਂ ਉੱਥੇ ਰਹੇ ਬ੍ਰਾਹਮਣ ਦੀ। ਇਹ ਸਾਰੀ ਬਰੀਫਿੰਗ ਤੋਂ ਬਾਅਦ ਜਿਹੜਾ ਮੰਗੂ ਮੱਠ ਢਾਇਆ ਗਿਆ ਉਹ ਦੁਬਾਰਾ ਉਹੀ ਜਗ੍ਹਾ ਉਹ ਸਿੱਖ ਕੌਮ ਨੂੰ ਸੌਂਪੀ ਜਾਵੇ, ਜਿਹੜੀ ਉਹਨਾਂ ਨੇ ਆਪਣੇ OSD ਨੂੰ PA ਨੂੰ ਨੋਟ ਕਰਾਈ, ADC ਨੂੰ ਨੋਟ ਕਰਾ ਤਾ। ਸੈਕਿੰਡ ਡਿਮਾਂਡ ਸਾਡੀ ਸੀਗੀ ਜਿਹੜਾ ਬੋਲੀ ਮੱਠ, ਗੁਰਦੁਆਰਾ ਬੋਲੀ ਮੱਠ ਸਾਹਿਬ ਆ, ਬਾਕੀ ਏਰੀਏ ਦੇ ਵਿੱਚ ਸਾਰਾ ਪਾਣੀ ਜਿਹੜਾ ਉਹ ਖਾਰਾ, ਸਿਰਫ ਗੁਰੂ ਨਾਨਕ ਸਾਹਿਬ ਦੀ ਕਿਰਪਾ 38 ਪੌੜੀਆਂ ਉਤਰ ਕੇ ਰਾਤ ਆਪਾਂ ਜਾ ਕੇ ਆਏ ਹਾਂ, ਐਂਡ ਉਹ ਬੋਲੀ ਮੱਠ ਦਾ ਪਾਣੀ ਮਿੱਠਾ। ਉਹ ਬੋਲੀ ਨੂੰ ਜਿਹੜਾ ਇਹ ਕੋਰੀਡੋਰ ਬਣਾ ਰਹੇ ਆ ਦਰਿਆ ਤੋਂ ਸਿੱਧਾ ਜਗਨਨਾਥ ਮੰਦਿਰ ਤੱਕ, ਸਾਨੂੰ ਪਤਾ ਲੱਗਿਆ ਭਰੋਸੇਯੋਗ ਸੂਤਰਾਂ ਤੋਂ ਵੀ ਉਸ ਪਲੈਨਿੰਗ ਦੇ ਵਿੱਚ ਬੋਲੀ ਮੱਠ ਵੀ ਇਹਨਾਂ ਨੇ ਢਾ ਦੇਣਾ। ਅਸੀਂ ਉਹ ਰਿਕੁਐਸਟ ਕੀਤੀ ਹੈ ਬੋਲੀ ਮੱਠ ਢਾਇਆ ਨਾ ਜਾਵੇ, ਥੋੜ੍ਹਾ ਜਿਹਾ ਜਿਹੜਾ ਉਸ ਪਲੈਨ ਦੇ ਵਿੱਚ ਅਮੈਂਡਮੈਂਟ ਐਡੀਟਿੰਗ ਕਰ ਲਈ ਜਾਵੇ ਤਾਂ ਜੋ ਜਿਹੜੀ ਰੋਡ ਆ ਥੋੜ੍ਹੀ ਜਿਹੀ ਉਹ ਤੋਂ ਹਟ ਕੇ ਬੋਲੀ ਮੱਠ ਸਾਹਿਬ ਉਸੇ ਤਰੀਕੇ
ਤੀਜੀ ਜਿਹੜੀ ਡਿਮਾਂਡ ਨੋਟ ਡਾਊਨ ਕੀਤੀ ਉਹਨਾਂ ਨੇ ਉਹ ਹੈਗੀ ਆ ਨਾਨਕ ਮੱਠ, ਜਿਹਨੂੰ ਹੁਣ ਇਹਨਾਂ ਨੇ ਪੰਜਾਬੀ ਮੱਠ ਦਾ ਨਾਮ ਦੇ ਤਾ। ਉਹ ਜਗ੍ਹਾ ਦੇ ਵਿੱਚ ਇਹਨਾਂ ਨੇ ਪੁਲਿਸ ਨੀਮ ਫੌਜੀ ਦਸਤੇ ਬਿਠਾਏ ਹੋਏ ਆ। ਕੱਲ੍ਹ ਤੁਹਾਡੀ ਹਾਜ਼ਰੀ ਦੇ ਵਿੱਚ ਸਾਨੂੰ ਵੀ ਜਾਣ ਨਹੀਂ ਦਿੱਤਾ, ਅਸੀਂ ਰੋਸ ਪ੍ਰਗਟ ਕੀਤਾ ਵੀ ਸਾਨੂੰ ਕਿਉਂ ਰੋਕਦੇ ਆ। ਕਹਿੰਦੇ ਜੀ ਉਹ ਅਸੀਂ ਚੈੱਕ ਕਰਦੇ ਹਾਂ, ਉਹਨੂੰ ਢਾਇਆ ਨਾ ਜਾਵੇ, ਸੁੰਦਰੀਕਰਨ ਦੇ ਨਾਮ ਦੇ ਉੱਤੇ ਉਹਨੂੰ ਬਿਊਟੀਫੁੱਲ ਕੀਤਾ ਜਾਵੇ ਪਰ ਉਹਨੂੰ ਗਰਾਇਆ ਨਾ ਜਾਵੇ। ਐਂਡ ਗਵਰਨਰ ਸਾਹਿਬ ਨੇ ਇਸ ਗੱਲ ਨੂੰ ਲੈ ਕੇ ਬੜੀ ਬੜੀ ਸੁਹਿਰਤਾ ਦਿਖਾਈ ਹੈ। ਉਹਨਾਂ ਨੇ ਵੀ ਕਿਹਾ ਵੀ ਮੈਂ ਵੀ ਪੰਜਾਬੀ ਕੌਮ ਦਾ ਬੱਚਾ ਹੀ ਹੈਗਾ, ਮਤਲਬ ਬਹੁਤ ਸੁੰਦਰ ਸ਼ਬਦਾਂ ਦੇ ਵਿੱਚ। ਐਂਡ ਉਹਨਾਂ ਨੇ ਇਨਸ਼ੋਰ ਕੀਤਾ ਵੀ ਅਸੀਂ ਮੇਰੇ ਵੱਲੋਂ ਐਜ਼ ਗਵਰਨਰ ਜੋ ਮੈਕਸੀਮਮ ਹੋ ਸਕੂਗਾ ਮੈਂ ਉਹ ਲਾਜ਼ਮੀ ਕਰੂੰਗਾ। ਸੋ ਐਟੀਟਿਊਡ ਬੜਾ ਹਾਂ ਪੱਕੀ ਸੀਗਾ। ਮੈਂ ਉੜੀਆ ਲੋਕਾਂ ਦਾ ਧੰਨਵਾਦ ਕੀਤਾ ਕਿਉਂਕਿ ਜਦੋਂ ਆਪਾਂ ਉੱਥੇ ਗਏ ਹਾਂ ਤਾਂ ਬਹੁਤ ਸਾਰੇ ਉੜੀਆ ਲੋਕਾਂ ਨੇ ਮੇਰਾ ਖਿਆਲ ਸਾਡੇ ਨਾਲੋਂ ਵੀ ਗੁਰੂ ਨਾਨਕ ਸਾਹਿਬ ਨੂੰ ਇੰਨੀ ਸ਼ਰਧਾ ਦਿਖਾਈ ਹੈ ਨਾ, ਇੰਨੀ ਸ਼ਰਧਾ ਦਿਖਾਈ ਹੈ ਸਿਰ ਝੁਕਦਾ। ਅਤੇ ਬੈਂਸ ਸਾਹਿਬ ਹੁਣ ਗਵਰਨਰ ਸਾਹਿਬ ਦੇ ਜਿਹਨੇ ਚੀਜ਼ਾਂ ਉਹਨਾਂ ਨੇ ਲੋਕਡਾਊਨ ਕੀਤੀਆਂ ਨੇ, ਪਿੰਡ ਡਾਊਨ ਕੀਤੀਆਂ ਨੇ, ਉਸ ਤੋਂ ਬਾਅਦ ਹੁਣ ਜਦੋਂ ਪੰਜਾਬ ਪਹੁੰਚੋਗੇ ਕੀ ਪੰਜਾਬ ਦੀਆਂ ਸਿੱਖ ਜਥੇਬੰਦੀਆਂ? ਗਵਰਨਰ ਸਾਹਿਬ ਨੇ ਨਾਲ ਇਹ ਵੀ ਕਿਹਾ ਵੀ ਜਿਹੜੇ ਤੁਹਾਡੀ ਕਮਿਊਨਿਟੀ ਦੇ MLAs MPs ਕੇਂਦਰ ਦੇ ਅੰਦਰ ਲੋਕ ਸਭਾ ਰਾਜ ਸਭਾ ਦੇ ਵਿੱਚ ਹੈ, ਅਸੀਂ ਇਹ ਵੀ ਕਹਾਂਗੇ ਜਿੰਨੀਆਂ ਧਾਰਮਿਕ ਜਥੇਬੰਦੀਆਂ, ਮੈਂ ਵੀ ਅਪਰੋਚ ਕਰੂੰਗਾ ਕਿ ਅਸੀਂ ਉਹਨਾਂ ਨੂੰ ਕਹੀਏ ਵੀ ਤੁਸੀਂ ਲੋਕ ਸਭਾ ਦੇ ਵਿੱਚ ਇਹ ਇਸ਼ੂ ਨੂੰ ਚੰਗੇ ਵਧੀਆ ਤਰੀਕੇ ਢੰਗ ਨਾਲ ਉਠਾਓ ਤਾਂ ਜੋ ਮੰਗੂ ਮੱਠ ਤੋਂ ਬਾਅਦ ਦੇਸ਼ ਅੰਦਰ ਕੋਈ ਹੋਰ ਇਸ ਤਰੀਕੇ ਦੀ ਮਾੜੀ ਘਟਨਾ ਵਾਪਰ ਨਾ ਸਕੇ ਅਤੇ ਮੰਗੂ ਮੱਠ ਦੀ ਜਿਹੜੀ ਜ਼ਮੀਨ ਹੈਗੀ ਆ ਵਾਪਸ ਗੁਰੂ ਘਰ ਦੇ ਰੂਪ ਦੇ ਵਿੱਚ ਉੱਥੇ ਗੁਰਦੁਆਰਾ ਆਰਤੀ ਸਾਹਿਬ ਜਿਹੜਾ ਉਹ ਸੁਸ਼ੋਭਿਤ ਹੋਣਾ ਚਾਹੀਦਾ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਰਤੀ, ਮੈਂ ਦੱਸ ਰਿਹਾ ਸੀ, ਮੈਂ ਗੁਰਨਰ ਸਾਹਿਬ ਨੂੰ ਦੱਸ ਕੇ ਆਇਆ ਵੀ ਬਲਰਾਜ ਸਾਹਨੀ ਬੜੇ ਉੱਘੇ ਰਾਈਟਰ ਹੋਏ ਆ, ਫਿਲਮਾਂ ਦੇ ਵਿੱਚ ਵੀ ਉਹਨਾਂ ਦਾ ਯੋਗਦਾਨ ਰਿਹਾ, ਚੰਗੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਨੈਸ਼ਨਲ ਐਂਥਮ ਲਿਖਣ ਵਾਲਾ ਰਵਿੰਦਰ ਨਾਥ ਟੈਗੋਰ ਨੂੰ ਇੱਕ ਵਾਰੀ ਕਿਹਾ ਸੀ ਵੀ ਤੁਸੀਂ ਇੰਟਰਨੈਸ਼ਨਲ ਐਂਥਮ ਲਿਖ ਦਿਉ, ਮੈਂ ਗੁਰਨਰ ਸਾਹਿਬ ਨੂੰ ਦੱਸ ਕੇ, ਮੈਂ ਉਹਨਾਂ ਨੇ ਮੂਹਰਿਓਂ ਜਵਾਬ ਦਿੱਤਾ ਸੀ ਵੀ ਇਹ ਇੰਟਰਨੈਸ਼ਨਲ ਐਂਥਮ ਸੈਂਕੜੇ ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਆਰਤੀ ਦੇ ਰੂਪ 'ਚ ਲਿਖ ਗਏ ਆ ਪੁਰੀ ਦੀ ਧਰਤੀ 'ਤੇ। ਸੋ ਉਹ ਪਵਿੱਤਰ ਜਗ੍ਹਾ ਹੈਗੀ ਆ, ਮਤਲਬ ਉਹ ਤਾਂ ਸਾਡੀ ਦੇਸ਼ ਦੀ ਇੱਕ ਮਹਾਨਤਾ ਵੱਧਦੀ ਹੈ, ਇੱਕ ਪਾਸੇ ਜਗਨਨਾਥ ਮੰਦਰ ਦੂਸਰੇ ਪਾਸੇ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ, ਇਹ ਮਹਾਨਤਾ ਹੈ। ਦਰਬਾਰ ਸਾਹਿਬ ਦੇ ਬਾਹਰ ਸ਼ਨੀ ਮੰਦਰ, ਕਾਲੀ ਮਾਤਾ ਮੰਦਰ, ਉਦਾਸੀ ਮੱਠ, ਇਹ ਸਾਡੀ ਅਨੇਕਤਾ ਦੇ ਵਿੱਚ ਏਕਤਾ, ਵੱਖ ਵੱਖ ਦੇਵੀ ਦੇਵਤਿਆਂ ਨੂੰ ਮੰਨਣ ਵਾਲੀ ਜਿਹੜੀ ਸਾਡੀ ਸੋਚ ਹੈ ਨਾ, ਉਹ ਪੂਰੀ ਦੁਨੀਆ 'ਚ ਵੱਸਦੇ ਲੋਕਾਂ ਨੂੰ ਕਾਇਲ ਕਰਦੀ ਹੈ। ਸੋ ਉਹਦੇ ਉੱਤੇ ਪਹਿਰਾ ਦੇਣ ਲਈ ਅਸੀਂ ਰਿਕੁਐਸਟ ਕੀਤੀ। ਬੈਂਸ ਸਾਹਿਬ ਤੁਸੀਂ ਗਵਰਨਰ ਨੂੰ ਮਿਲ ਕੇ ਆਏ ਹੋ, ਸਾਰੀਆਂ ਗੱਲਾਂ ਕੀਤੀਆਂ, ਭਰੋਸਾ ਲਿੱਤਾ ਹੈ, ਤਾਂ ਕਮਾਲ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਆਉਂਦੀ ਹੈ ਤਾਂ ਹਰਜਾਪ ਸਿੰਘ ਮੈਂਬਰ ਉਹਨਾਂ ਦੇ ਤੁਹਾਡੇ ਮੈਂਬਰ ਨੇ, ਉਹ ਆ ਕੇ ਕਹਿ ਕੇ ਜਾਂਦੇ ਨੇ ਕਿ ਮੰਗੂ ਮੱਠ ਨਾਲ ਗੁਰੂ ਨਾਨਕ ਸਾਹਿਬ ਦਾ ਕੋਈ ਸੰਬੰਧ ਨਹੀਂ ਹੈ। ਇੱਥੋਂ ਦੇ ਸਥਾਨਕ ਸਿੱਖਾਂ ਦਾ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਹੈ, ਉਹਦੇ ਆਗੂ ਜਿਹੜੇ ਨੇ ਉਹ ਵੀ ਕਹਿੰਦੇ ਨੇ ਉਹ ਸਰਕਾਰ ਦੀ ਬੋਲੀ ਬੋਲਦੇ ਨੇ, ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਸਥਾਨਕ ਪਤਾ ਲੱਗਦਾ ਹੈ ਕਾਂਗਰਸ ਦਾ ਵੀ ਇੱਕ MLA ਪ੍ਰਧਾਨ ਸਿੱਖ ਰਿਹਾ। ਤੁਸੀਂ ਮੇਰੀ ਇੱਕ ਗੱਲ, ਮਤਲਬ ਤੁਸੀਂ ਕੱਲ੍ਹ ਆਪਾਂ ਸਾਰਿਆਂ ਨੇ ਦੇਖੀ ਆ, ਇੱਥੋਂ ਤੱਕ ਜਿਹੜੇ ਉੜੀਆ ਦੇ ਸਥਾਨਕ ਲੋਕ ਹੈਗੇ ਆ ਨਾ, ਉੜੀਆ ਲੋਕ ਜਿਹੜੇ ਨੇੜੇ ਰਹਿਣ ਵਾਲੇ ਲੋਕ ਹੈਗੇ, ਉਹ ਸਾਰਾ ਕੁਝ ਦੱਸ ਰਿਹਾ ਵੀ ਹਾਂ ਇੱਥੇ ਗੁਰੂ ਨਾਨਕ ਸਾਹਿਬ, ਸਾਡੇ ਦਾਦੇ ਪੜਦਾਦੇ ਸਾਨੂੰ ਵਿਰਾਸਤ ਤੋਂ ਇਹ ਗੱਲਾਂ ਮਿਲੀਆਂ ਨੇ ਕਿ ਗੁਰੂ ਨਾਨਕ ਸਾਹਿਬ ਦਾ ਇਹ ਸਥਾਨ ਹੈਗਾ ਬੌਲੀ ਸਾਹਿਬ, ਗੁਰੂ ਨਾਨਕ ਸਾਹਿਬ ਦਾ ਮਿੱਠਾ ਜਲ, ਗੁਰੂ ਨਾਨਕ ਸਾਹਿਬ ਦੀ ਕਿਰਪਾ ਸਦਕਾ ਉਹਨਾਂ ਨੇ ਬੌਲੀ ਤਿਆਰ ਕਰਕੇ ਦਿੱਤੀ, ਗੁਰੂ ਨਾਨਕ ਸਾਹਿਬ ਨੇ ਆਰਤੀ ਦਾ ਉਚਾਰਨ ਕੀਤਾ। ਤੁਸੀਂ ਮੈਂ ਕਹਿੰਦਾ ਉੜੀਆ ਦੇ ਲੋਕ ਐਡੇ ਵੱਡੇ ਸੱਚੇ ਨਾਨਕ ਸਾਹਿਬ ਨੂੰ ਸ਼ਰਧਾ ਭੇਟ ਕਰਨ ਵਾਲੇ ਲੋਕ, ਇੱਕ ਸ਼੍ਰੋਮਣੀ ਕਮੇਟੀ ਦਾ ਵਫ਼ਦ ਆਵੇ, ਜਾਂ ਤਾਂ ਉਹ ਇਹ ਕਹਿ ਸਕਦੇ ਵੀ ਜਾਣਕਾਰੀ ਤੋਂ ਆਉਣਾ, ਜੇ ਉਹ ਜਾਣਕਾਰੀ ਤੋਂ ਆਉਣਾ ਆਇਆ ਕਿਉਂ, ਅਤੇ ਜਾਂ ਫਿਰ ਕੋਈ ਜਿਹੜੀ ਹੈਗੀ ਆ ਉਹਨਾਂ ਦੇ ਪਿੱਛੇ ਕੋਈ ਸ਼ਕਤੀ ਕੰਮ ਕਰ ਰਹੀ ਹੈ। ਅਫਸੋਸ ਹੈ ਕੈਪਟਨ ਅਮਰਿੰਦਰ ਸਿੰਘ
ਸਿਰਫ ਟਵੀਟ ਇੱਕ ਲੈਟਰ ਇੱਥੇ ਤੱਕ ਹੀ ਸੀਮਤ ਰਹੇ, ਉਹਨਾਂ ਵਾਸਤੇ ਤਾਂ ਕੋਈ ਕੰਮ ਹੀ ਵੱਡਾ ਨਹੀਂ ਹੈ। ਪਟਨਾਇਕ ਸਾਹਿਬ ਦੇ ਸ਼ਾਇਦ ਕੈਪਟਨ ਅਮਰਿੰਦਰ ਕਲਾਸਮੇਟ ਵੀ ਹੈਗੇ ਆ ਜੀ, ਵੈਸੇ ਵੀ ਹਮਰੁਤਬਾ ਨੇ, ਮੁੱਖ ਮੰਤਰੀ ਨੇ, ਉਹਨਾਂ ਵਾਸਤੇ ਸਰਕਾਰ ਦਾ ਸਰਕਾਰ ਦੇ ਨਾਲ ਰਾਬਤਾ ਤਾਂ 2 ਮਿੰਟਾਂ ਦਾ ਅਸੀਂ ਹੁਣ ਪਿਛਲੇ 5-7 ਦਿਨਾਂ ਤੋਂ ਭਟਕਦੇ ਫਿਰਦੇ ਹਾਂ ਵੀ ਸਾਡੀ ਕੋਈ ਗੱਲ ਸੁਣ ਲਵੇ। ਚਲੋ ਇਹਨਾਂ ਨੇ ਸੁਣ ਲਈ, ਹੁਣ ਅਸੀਂ ਯਤਨ ਕਰਾਂਗੇ ਵੀ ਉਹ ਮੁੱਖ ਮੰਤਰੀ ਸਾਹਿਬ ਵੀ ਕਿਤੇ ਸਾਡੀ ਇਹ ਫਰਿਆਦ ਸੁਣ ਲੈਣ। ਸਾਡੀ ਨਹੀਂ, ਸਾਡੀ ਕੌਮ ਦੀ ਹੈ, ਦਰਦ ਆ ਕੌਮ ਦਾ। ਉੱਥੇ ਦੇਖਿਆ ਤੁਸੀਂ ਕੱਲ੍ਹ ਜਾ ਕੇ ਕਿੱਡਾ ਭਾਵਨਾਤਮਕ ਮਾਹੌਲ ਬਣ ਗਿਆ ਵੀ ਯਾਰ ਅਸੀਂ ਉਹ ਲੋਕ ਜਿਨ੍ਹਾਂ ਨੇ ਇਸ ਦੇਸ਼ ਨੂੰ ਯਾਦ ਕਰਵਾਉਣ ਦੇ ਵਿੱਚ ਸਾਡੇ ਪੁਰਖੇ ਲਾਭ ਮਿਸਾਲ ਕੁਰਬਾਨੀਆਂ ਕਰ ਗਏ, ਅਤੇ ਅੱਜ ਉਸੇ ਦੇਸ਼ ਦੇ ਅੰਦਰ ਸਾਡੇ ਬਾਬੇ ਨਾਨਕ ਦੇ ਸਥਾਨਾਂ ਨੂੰ ਢਾਇਆ ਜਾ ਰਿਹਾ। ਵੈਸੇ ਇਹ ਮਾਮਲਾ ਸੁਪਰੀਮ ਕੋਰਟ ਚੱਲ ਰਿਹਾ, 8 ਜਨਵਰੀ ਤਰੀਕ ਹੈ ਇਸ 'ਚ, ਇਸ ਤੋਂ ਅਗਲੀ ਰਣਨੀਤੀ ਤੁਹਾਡੀ ਕੀ ਹੋਏਗੀ? ਅਸੀਂ ਰਾਤ ਮੈਂ ਇਸ ਕਰਕੇ ਤੁਹਾਨੂੰ ਪੁੱਛ ਰਿਹਾ ਕਿ ਇਹ ਪਹਿਲਾ ਵਫਦ ਹੈ ਜਿਹੜਾ ਸਰਕਾਰੀ ਵਫਦ ਜਿਹਨੂੰ ਕਹਿ ਸਕਦੇ ਹਾਂ, ਕਿਉਂਕਿ 2 MLA ਜਿਨ੍ਹਾਂ 'ਚ ਇਤਫਾਕ ਵਾਸਤੇ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਵੀ ਹੈ ਜਿਹੜਾ ਆਇਆ ਹੈ। ਅੱਜ ਤੱਕ ਪੰਜਾਬ ਦੀ ਸਰਕਾਰ 'ਚੋਂ, ਵਿਰੋਧੀ ਧਿਰ 'ਚੋਂ ਜਾਂ ਪਰਫੈਕਟ ਕਹਾਉਣ ਵਾਲੀ ਅਕਾਲੀ ਦਲ 'ਚੋਂ ਕੋਈ ਬੰਦਾ ਇੱਥੇ ਆ ਕੇ ਵੜਿਆ ਨਹੀਂ ਸੀਗਾ। ਅਗਲੀ ਰਣਨੀਤੀ 'ਚ ਤੁਹਾਡਾ ਇਹ ਜਿਹੜਾ ਦੌਰਾ ਹੈ, ਹੁਣ ਅਗਲਾ ਕੀ ਹੋਏਗਾ ਕਿ ਇਹ ਨਾ ਹੋਏ ਕਿ ਇਹ ਵੀ ਪੋਲੀਟੀਕਲ ਦੌਰਾ ਬਣ ਕੇ ਰਹਿ ਜੇ? ਸੋ ਬ੍ਰਦਰ, ਰਾਹ ਪਿਆ ਜਾਣੀ ਜਾਂ ਵਾਹ ਪਿਆ ਜਾਣੀ ਕੋਈ ਰਾਜਨੀਤਿਕ ਮਕਸਦ ਮਨੋਰਥ ਵਾਸਤੇ ਨਹੀਂ, ਦਿਲ ਤੋਂ ਹੈਗਾ ਵੀ ਇਹ ਜਿਹੜਾ ਹੋਇਆ ਬੜਾ ਮਾੜਾ। ਔਰ ਕਾਨੂੰਨੀ ਪੱਖ ਇਹ ਆ ਵੀ ਸੁਪਰੀਮ ਕੋਰਟ ਦੇ ਜੱਜ ਨੇ ਇਹ ਆਰਡਰ ਕਰਤਾ ਵੀ ਤੁਸੀਂ ਸਾਰੀਆਂ ਧਿਰਾਂ ਨੂੰ ਕਨਵਿੰਸ ਕਰਕੇ ਉਹਨਾਂ ਦੀ ਰਜਾਮੰਦੀ ਤੋਂ ਬਿਨਾਂ ਨਹੀਂ ਕੁਛ ਵੀ ਕਰੋ। ਐਂਡ ਅਫਸੋਸ ਹੋਇਆ ਵੀ ਇੱਥੇ ਜਿਹੜਾ ਇੱਕ ਐਗਰੀਮੈਂਟ ਦੀ ਗੱਲ ਆਈ ਆ ਸਾਹਮਣੇ, ਉਹਦੇ 'ਚ ਜੋ ਗੱਲਾਂ ਭਰੋਸੇਯੋਗ ਜਿਹੜੀ ਮਤਲਬ ਬੜਾ ਉਹਨਾਂ ਨੇ ਕਾਈ ਵਾਸ਼ ਕਰਨ ਦਾ ਯਤਨ ਕੀਤਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ, ਜਿਹੜੀ ਤਰੀਕ ਸੁਪਰੀਮ ਕੋਰਟ ਦੇ ਵਿੱਚ ਆ, ਪ੍ਰੋਫੈਸਰ ਜਗਮੋਹਨ ਸਿੰਘ ਜੀ ਹੋਰੀ, ਮੈਡਮ ਸੁਖਵਿੰਦਰ ਕੌਰ ਜੀ, ਜਿਹੜੇ ਬੜਾ ਚੰਗੇ ਤਰੀਕੇ ਨਾਲ ਪ੍ਰਸਿਊ ਕਰ ਰਹੇ ਆ ਸਾਰੇ ਕੇਸ ਨੂੰ, ਜ਼ਰੂਰਤ ਪਈ ਤਾਂ ਅਸੀਂ ਵੀ ਉਹਦੇ 'ਚ ਧਿਰ ਬਣਨ ਵਾਸਤੇ, ਅਸੀਂ ਮੈਂ ਆਪਣੇ ਕੌਂਸਲ ਨਾਲ ਵੀ ਸੁਪਰੀਮ ਕੋਰਟ ਦੇ ਵਿੱਚ ਸਾਡੀ ਪਾਰਟੀ ਦੇ ਨਾਲ ਸੰਬੰਧਿਤ ਵਕੀਲ ਮੈਂ ਉਹਨਾਂ ਨਾਲ ਵੀ ਰਾਇ ਕਰੂੰਗਾ ਕਿ ਸਾਨੂੰ ਉਹਦੇ 'ਚ ਪਾਰਟੀ ਬਣਨਾ ਚਾਹੀਦਾ ਜਾਂ ਇਹਨਾਂ ਵਾਲਾ ਜਿਹੜਾ ਹੈਗਾ ਉਹਨੂੰ ਅਸੀਂ ਹੋਰ ਤਕੜੇ ਢੰਗ ਨਾਲ ਤਕੜੇ ਹੋ ਕੇ ਅਸੀਂ ਆਪਣਾ ਕੇਸ ਜਿਹੜਾ, ਤਾਂ ਜੋ ਇਹ ਪਟਨਾਇਕ ਗਵਰਨਮੈਂਟ ਨੂੰ, ਉੜੀਸਾ ਦੀ ਸਰਕਾਰ ਨੂੰ, ਕੋਈ ਸੁਪਰੀਮ ਕੋਰਟ ਤੋਂ ਵੀ ਜਿਹੜਾ ਹੁਕਮ ਅਧੂਲੀ ਹੋਈ ਹੈ। ਸਿੱਖ ਕੌਮ ਨਹੀਂ, ਕਿਹੜਾ ਸਿੱਖ ਕਹਿ ਦੂਗਾ ਵੀ ਤੁਸੀਂ ਸਾਡਾ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਸਥਾਨ ਢਾਹ ਦਿਓ? ਸਾਡੀਆਂ ਭਾਵਨਾਵਾਂ ਨੇ ਸਿੱਖਾਂ ਦੀਆਂ, ਜਦਕਿ ਸੁਪਰੀਮ ਕੋਰਟ ਦਾ ਹੁਕਮ ਹੈਗਾ ਵੀ ਕਿਸੇ ਦੀ ਰਜਾਮੰਦੀ ਤੋਂ ਬਿਨਾਂ, ਪਹਿਲਾਂ ਨਹੀਂ ਸੀ ਮੰਨੇ ਉਹ ਮੱਠ ਤੋਂ, ਜਦੋਂ ਸੁਪਰੀਮ ਕੋਰਟ ਦੇ ਵਿੱਚ ਵਕੀਲ ਨੇ ਇਹ ਕਿਹਾ ਵੀ ਇੱਥੇ ਗੁਰੂ ਨਾਨਕ ਸਾਹਿਬ ਲੰਬਾ ਸਮਾਂ ਰਹਿ ਕੇ ਆਰਤੀ ਦਾ ਉਚਾਰਨ ਕਰਕੇ ਗਏ ਆ, ਫਿਰ ਸੁਪਰੀਮ ਕੋਰਟ 'ਤੇ ਬੈਠੇ ਜੱਜਿਸ ਨੇ ਇਹ ਆਦੇਸ਼ ਦਿੱਤੇ ਵੀ ਕਿਸੇ ਦੀ ਸਹਿਮਤੀ ਤੋਂ ਬਿਨਾਂ। ਹੁਣ ਕਿਹੜਾ ਸਿੱਖ ਹੈਗਾ ਜਿਹੜਾ ਇਹ ਕਹੂਗਾ ਵੀ ਹਾਂਜੀ ਅਸੀਂ ਸਹਿਮਤੀ ਦੇ ਤੀ ਵੀ ਤੁਸੀਂ ਇਹ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਸਥਾਨ ਢਾਹ ਦਿਓ? ਸੋ ਅਸੀਂ ਇਹ ਸਾਰੀ ਗੱਲ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਆਉਣ ਵਾਲੀ ਤਰੀਕ ਹੈਗੀ ਉਹਦੇ 'ਤੇ ਦੁਬਾਰਾ ਨਵੇਂ ਸਿਰੇ ਤੋਂ ਵੀ ਸਾਡੇ ਨਾਲ ਆਹ ਕੁਛ ਹੋ ਗਿਆ, ਤੁਹਾਡੇ ਹੁਕਮਾਂ ਦੀ ਰੋਸ਼ਨੀ ਦੇ ਥੱਲੇ ਸਾਡੇ ਨਾਲ ਕਿਹੜੀ ਮਾੜੀ ਹਰਕਤ ਸਟੇਟ ਗਵਰਨਮੈਂਟ ਨੇ ਕੀਤੀ, ਸਾਰਾ ਕਾਨੂੰਨੀ ਰਸਤੇ ਵੀ ਇਹ ਪੱਖ ਸੁਪਰੀਮ ਕੋਰਟ 'ਤੇ ਰੱਖਣ। ਜੀ, ਇੱਥੇ ਜੋ ਵੱਡਾ ਦੁੱਖ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਲੌਂਗੋਵਾਲ ਸਾਹਿਬ ਨਗਰ ਕੀਰਤਨ ਨਾਲ ਸੰਬਲਪੁਰ ਤੱਕ ਆ ਗਏ ਅਤੇ ਸੰਬਲਪੁਰੋਂ 200 ਕਿਲੋਮੀਟਰ ਪੂਰੀ ਨਹੀਂ ਆਏ। ਇਹਦਾ ਮਤਲਬ ਆ ਵੀ ਸਿਰਫ ਉੱਥੇ ਤੱਕ ਰਹਿਣਾ ਜਿੱਥੇ ਤੱਕ ਮਾਇਆ ਦੀ ਗੱਲ ਚੱਲਦੀ ਹੈ। ਮੈਨੂੰ ਇਹ ਗੱਲ ਕਹਿਣ 'ਚ ਕੋਈ ਗਰੇਜ ਨਹੀਂ ਕਿ ਪ੍ਰਧਾਨ ਸਾਹਿਬ ਜੇ ਤੁਸੀਂ ਸੰਬਲਪੁਰ ਤੋਂ ਇਸ ਜਗ੍ਹਾ ਆਏ ਹੁੰਦੇ ਤਾਂ ਸ਼ਾਇਦ ਮੰਗੂ ਮੱਠ ਢਾਇਆ ਨਹੀਂ ਸੀ ਜਾ ਸਕਦਾ, ਮੰਗੂ ਮੱਠ ਸਲਾਮਤ ਰਹਿਣਾ ਸੀ। ਮੈਂ ਹੁਣ ਵੀ ਕਹਿਣਾ ਚਾਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਸਾਹਿਬ ਅਤੇ ਲੌਂਗੋਵਾਲ ਸਾਹਿਬ ਸਿੱਖਾਂ ਨੂੰ ਬਹੁਤ ਵੱਡੀ ਆਸ ਆ ਤੁਹਾਡੇ 'ਤੇ ਅਤੇ ਉਹ ਆਸ ਐਂ ਲੱਗਦਾ ਵੀ ਟੁੱਟਦੀ ਲੱਗਦੀ ਹੈ,
ਔਰ ਦੂਸਰੇ ਨੰਬਰ 'ਤੇ ਕਹਿਣਾ ਚਾਹੁੰਦਾ ਇਸ ਵਾਰ ਵਿਧਾਨ ਸਭਾ 'ਚ ਇੱਕ ਮਤਾ ਪਾਸ ਹੋਇਆ ਕਿ ਬੀਬੀਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜੋ ਕਿ ਸਿੱਖਾਂ ਦਾ ਧਰਮ ਅਤੇ ਰਾਜਨੀਤੀ ਅੰਦਰ ਚੱਲਦੀ ਸੀ ਹਾਂ ਗੁਰਬਾਣੀ ਦਾ ਕੀਰਤਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜੀ 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 ਪਰ ਇਸ ਵਾਰੀ ਹੁਣ ਹੈ ਕੀ ਹੈ ਹੁਣ ਕੈਪਟਨ ਸਾਹਿਬ ਇੱਕ ਮਤਾ ਪਾਸ ਤਾਂ ਕਰ ਲਿਆ ਅਤੇ ਜਿੱਥੇ ਸਿੱਖਾਂ ਦੇ ਗੁਰੂ ਨਾਨਕ ਸਾਹਿਬ ਦੇ ਪਾਵਨ ਮੱਠ ਦੀ ਜਿੱਥੇ ਉਹਨਾਂ ਨੇ ਆਰਤੀ ਦਾ ਉਚਾਰਨ ਕੀਤਾ ਉਹਦੀ ਗੱਲ ਆਉਂਦੀ ਹੈ ਤਾਂ ਕੈਪਟਨ ਸਾਹਿਬ ਟਵੀਟ ਕਰਦੇ ਆ ਕੈਪਟਨ ਸਾਹਿਬ ਟਵੀਟ ਨਾ ਕਰੋ ਜਾਂ ਤਾਂ ਆ ਕੇ ਗੱਲ ਕਰੋ ਜੇ ਅਸੀਂ ਆ ਸਕਦੇ ਤੁਹਾਡੇ ਕੋਲ ਤਾਂ ਸਰਕਾਰੀ ਤੁਹਾਡੇ ਕੋਲ ਤਾਂ ਕੌਮ ਦਾ ਹੈਲੀਕਾਪਟਰ ਹੈ ਤੁਸੀਂ ਤਾਂ ਸਿਰਫ ਇੱਕ ਦਿਨ ਦੀ ਐਸ਼ੋ ਇਸ਼ਰੇ 'ਤੇ ਛੱਡਣੀ ਹੈ ਨਾ ਅਤੇ ਛੱਡ ਦਿਓ ਗੁਰੂ ਲਈ ਕੋਈ ਵੱਡੀ ਗੱਲ ਨਹੀਂ ਗੁਰੂ ਵੱਲ ਨੂੰ ਜਿਹੜਾ ਇੱਕ ਕਦਮ ਚੱਲਦਾ ਗੁਰੂ ਅਨੇਕਾਂ ਕਦਮ ਕਰੋੜਾਂ ਕਦਮ ਉਹਨੂੰ ਆਪਣੇ ਗੱਲ ਨਾਲ ਲਾਉਂਦੇ ਆ ਆਓ ਰਲ ਕੇ ਇੱਕ ਐਜੀਟੇਸ਼ਨ ਕਰਨੀ ਮੈਨੂੰ ਲੱਗਦਾ ਪੈਣੀ ਹੈ ਕਿਉਂਕਿ ਕੱਲ੍ਹ ਸਾਨੂੰ ਗੁਰੂ ਨਾਨਕ ਮੱਠ ਜਿਹਨੂੰ ਪੰਜਾਬੀ ਮੱਠ ਕਹਿੰਦੇ ਸਾਨੂੰ ਉਹਦੇ ਅੰਦਰ ਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਉਹਦੇ 'ਤੇ ਸੀ ਆਰ ਪੀ ਕਾਬਜ ਹੈ ਅਤੇ ਗਵਰਨਰ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਕਿ ਉਹ ਸੀ ਆਰ ਪੀ ਤਾਂ ਕਦੇ ਵੀ ਉਠਾਈ ਜਾ ਸਕਦੀ ਹੈ ਪਰ ਉਹਦੇ ਲਈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਹਿਣਾ ਚਾਹੁੰਦਾ ਕਿ ਛੱਡ ਦਿਓ ਐਸ਼ੋ ਇਸ਼ਰਤ ਦੋ ਦਿਨ ਕੋਈ ਗੱਲ ਨਹੀਂ ਆਓ ਰਲ ਕੇ ਗੁਰੂ ਦੀ ਲੜਾਈ ਨੂੰ ਸਾਂਝੇ ਤੌਰ 'ਤੇ ਲੜ ਸਕੀਏ ਧੰਨਵਾਦ ਗੁਰਪਿਆਰਿਓ ਹੁਣ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਕਿ ਮੰਗੂ ਮੱਠ ਦੁਆਰਾ ਤੋਂ ਉੜੀਸਾ ਸਰਕਾਰ ਬਣਾਉਂਦੀ ਹੈ ਨਹੀਂ ਬਣਾਉਂਦੀ ਪਰ ਜੇਕਰ ਸਿੱਖ ਜਥੇਬੰਦੀਆਂ ਚਾਹਣ ਤਾਂ ਅਜਿਹਾ ਹੋ ਹੀ ਨਹੀਂ ਸਕਦਾ ਕਿ ਕੋਈ ਵੀ ਸਿੱਖਾਂ ਦਾ ਇਤਿਹਾਸਕ ਗੁਰੂ ਘਰ ਸਿੱਖਾਂ ਦੇ ਹੱਥੋਂ ਖੁੱਸ ਜਾਵੇ ਪਰ ਹਾਂ ਨੱਲਾ ਕਿ ਕਿਤੇ ਨਾ ਕਿਤੇ ਸਾਡੀਆਂ ਸਰਮੋਰ ਜਥੇਬੰਦੀਆਂ ਸਾਡੇ ਤਖਤਾਂ ਦੇ ਜਥੇਦਾਰਾਂ ਦੀਆਂ ਰਹੀਆਂ ਨੇ ਜੋ ਨਾ ਤਾਂ ਹਰਕੀ ਪੌੜੀ ਵੇਲੇ ਕੁਛ ਬੋਲੇ ਨਾ ਡਾਂਗਮਾਰ ਸਾਹਿਬ ਗੁਰਦੁਆਰੇ ਬਾਰੇ ਕੁਛ ਬੋਲੇ ਅਤੇ ਨਾ ਹੁਣ ਮੰਗੂ ਮੱਠ ਬਾਰੇ ਕਿਸੇ ਦੀ ਜ਼ੁਬਾਨ ਖੁੱਲ੍ਹੀ ਜੇ ਖੁੱਲ੍ਹੀ ਵੀ ਤਾਂ ਅਜਿਹੀ ਖੁੱਲ੍ਹੀ ਕਿ ਸਾਡਾ ਕੋਈ ਰਿਸ਼ਤਾ ਹੀ ਨਹੀਂ ਹੈ ਮੰਗੂ ਮੱਠ ਦੇ ਨਾਲ ਹੁਣ ਤੁਸੀਂ ਆਪ ਸੰਗਤ 'ਚ ਤੈਅ ਕਰੋ ਕਿ ਅਜਿਹੀਆਂ ਸਰਮੋਰ ਜਥੇਬੰਦੀਆਂ ਸਾਡੀਆਂ ਅਜਿਹੀਆਂ ਸਰਮੋਰ ਸੰਸਥਾਵਾਂ ਦਾ ਸਾਨੂੰ ਕੀ ਫਾਇਦਾ ਹੈ ਜਾਂ ਅਜਿਹੇ ਨਲਾਇਕ ਐਸ ਜੀ ਪੀ ਸੀ ਦੇ ਮੈਂਬਰਾਂ ਦਾ ਸਾਨੂੰ ਕੀ ਫਾਇਦਾ ਹੈ ਜਿਹਨਾਂ ਨੂੰ ਆਪਣੇ ਧਰਮ ਬਾਰੇ ਆਪਣੇ ਇਤਿਹਾਸ ਬਾਰੇ ਆਪਣੇ ਇਤਿਹਾਸਕ ਸਥਾਨਾਂ ਬਾਰੇ ਕੋਈ ਗਿਆਨ ਹੀ ਨਹੀਂ ਇਸ ਲਈ ਅਸੀਂ ਦੇਸ਼ ਵਿਦੇਸ਼ ਦੀ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਮੰਗੂ ਮੱਠ ਨੂੰ ਸਮਰਪਿਤ ਹੋ ਕੇ ਉੜੀਸਾ ਗਵਰਨਮੈਂਟ ਖਿਲਾਫ਼ ਆਪਣਾ ਵਿਰੋਧ ਜ਼ਾਹਿਰ ਕਰੋ ਸੰਗਤ ਉੱਥੇ ਪਹੁੰਚੇ ਆਪਣੀ ਜ਼ਮੀਨ ਆਪਣੇ ਨਾਨਕ ਦੀ ਧਰਤੀ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਸਥਾਨ ਵਾਪਸ ਲਿੱਤੇ ਜਾਣ ਐਸ ਜੀ ਪੀ ਸੀ ਸਾਂਭੇ ਜਾਂ ਕੋਈ ਵੀ ਸਾਂਭੇ ਪਰ ਸਿੱਖ ਇਤਿਹਾਸ ਨਾਲ ਜੁੜੀ ਹੋਈ ਸਾਡੀ ਧਰੋਹਰ ਸਾਡੇ ਹੱਥੋਂ ਨਾ ਖੋਹੀ ਜਾਵੇ ਉਮੀਦ ਕਰਦੇ ਹਾਂ ਦੇਸ਼ ਵਿਦੇਸ਼ ਦੀ ਸੰਗਤ ਇਸ ਵੱਲ ਜ਼ਰੂਰ ਧਿਆਨ ਦੇਵੇਗੀ ਅਤੇ ਉਹ ਸਿੱਖ ਜਥੇਬੰਦੀਆਂ ਉਹ ਸੰਸਥਾਵਾਂ ਜੋ ਆਏ ਦਿਨ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਅਤੇ ਸਿੱਖ ਕੌਮ ਦੇ ਵੱਡੇ ਵੱਡੇ ਰਾਗ ਇਲਾਕਿਆਂ ਨੇ ਉਹ ਵੀ ਜ਼ਰੂਰ ਪਹੁੰਚ ਕੇ ਸਾਰ ਲੈਣਗੀਆਂ ਧਰਨੇ ਦੇਣਗੀਆਂ ਰੋਸ਼ ਮੁਜ਼ਾਹਰੇ ਕਰਨਗੀਆਂ ਮੋਰਚੇ ਲਾਉਣਗੀਆਂ ਆਪਣੇ ਅਜਿਹੇ ਇਤਿਹਾਸਿਕ ਸਥਾਨ ਬਾਰੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।